ਸਾਸੀਕਾ ਦੋਸਤੋ ਰੇਡੀਓ ਪੰਜ ਦਰਿਆ ਦੇ ਸਟੂਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਇੱਕ ਰਚਨਾ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਆ ਕੀ ਕਰ ਰਹੇ ਹਾਂ ਇਹ ਰਚਨਾ ਸਾਡੇ ਵੱਡੇ ਵੀ ਰਜਿੰਦਰਜੀਤ ਦੀ ਲਿਖੀ ਹੋਈ ਉਹਨਾਂ ਦੀ ਪੁਸਤਕ ਸਾਵੇ ਅਕਸ਼ ਦੀ ਆਦਿਕਾ ਦੇ ਰੂਪ ਦੇ ਵਿੱਚ ਉਹ ਕਹਿੰਦੇ ਨੇ ਸਹਿਜ ਹੋ ਜਾਓ ਸੁਣੋ ਇਹਨਾਂ ਨਾ ਘਬਰਾਓ ਤੁਸੀਂ ਆਪਣੀ ਸੰਜੀਦਗੀ ਨੂੰ ਸ਼ਾਂਤ ਤੇ ਲਾਓ ਤੁਸੀਂ ਮੇਰੇ ਉਹ ਸ਼ਬਦੋ ਤੁਹਾਡਾ ਮੰਨਿਆ ਵਕਤਾ ਹਮ ਐ ਮੈਥੋਂ ਪਰ ਸਾਰੇ ਸਿਆਣੇ ਬੋਲਣੋ ਝੱਕਦਾ ਹਮ ਕੀ ਕਹਾ ਪਰਵਾਨਿਆਂ ਨੂੰ ਪੀੜ ਦੀ ਪੈਂਤੀ ਪੜੋ ਕੀ ਕਹਾ ਫੁੱਲਾਂ ਨੂੰ ਜਾ ਕੇ ਮਹਿਕ ਦੀ ਮੰਡੀ ਵੜੋ ਕੀ ਕਹਾ ਮੈਦਾਨਿਆਂ ਨੂੰ ਅਰਸ਼ ਤੇ ਤਾਰੇ ਜੜੋ ਕੀ ਕਹਾ ਬਾਜ਼ਾਂ ਨੂੰ ਜਾ ਕੇ ਪੌਣ ਦੇ ਮੋਢੇ ਚੜੋ ਕੀ ਕਹਾ ਰੁੱਖਾਂ ਨੂੰ ਛਾਂਵਾਂ ਦੇਣ ਲਈ ਧੁੱਪੇ ਖੜੋ ਕੀ ਕਹਾ دیਵਾਨਿਆਂ ਨੂੰ ਇਸ਼ਕ ਦਾ ਕਲਮਾ ਪੜੋ ਕੀ ਕਹਾ ਰਾਹੀਆਂ ਨੂੰ ਮੰਜ਼ਿਲ ਦਾ ਸਹੀ ਰਸਤਾ ਫੜੋ ਜਿਹਦੇ ਜੋ ਜਿੰਮੇ ਹੈ ਆਪੇ ਹੀ ਕਰੇਗਾ ਉਸਨੂੰ ਚੀਜ਼ ਜੋ ਜਿੱਥੋਂ ਦੀ ਹੈ ਉਥੇ ਧਰੇਗਾ ਉਸਨੂੰ ਆਪ ਹੀ ਵੇਖੇਗਾ ਜਿੱਥੇ ਜੋ ਵੀ ਜੀਦਾ ਫਰਜ਼ ਹੈ ਤਾਰ ਕੇ ਛੁੱਟੇਗਾ ਕਿੱਥੇ ਕੀ ਕਿਸੇ ਤੇ ਕਰਜ਼ ਹੈ ਫਿਰ ਵੀ ਬੇਚੈਨ ਹੋ ਜੇ ਗੱਲ ਤਾਂ ਕੁਝ ਹੈ ਜ਼ਰੂਰ ਜੇ ਕਿਤੇ ਬਦਰੰਗ ਹੈ ਕੁਝ ਉਸ ਵਿੱਚ ਸਭ ਦਾ ਕਸੂਰ ਇਸ ਤਰ੍ਹਾਂ ਜੀ ਹੈ ਤਾਂ ਜੋ ਬਣਦਾ ਹੈ ਉਹ ਕਹਿਣਾ ਤੁਸੀਂ ਮੇਰੇ ਉਹ ਸ਼ਬਦੋ ਕਦੇ ਵੀ ਸਹਿਜ ਨਾ ਰਹਿਣਾ ਤੁਸੀਂ ਮੇਰੇ ਉਹ ਸ਼ਬਦੋ ਕਦੇ ਵੀ ਸਹਿਜ ਨਾ ਰਹਿਣਾ ਤੁਸੀਂ ਉਮੀਦ ਕਰਦਾ ਕਿ ਇਸ ਰਚਨਾ ਨੂੰ ਤੁਸੀਂ ਪਸੰਦ ਕੀਤਾ ਹੋਣਾ ਧੰਨਵਾਦ